ਤੇ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦੱਸਦਾ ਕਿ ਜਿਹੜਾ ਪਾਕਿਸਤਾਨ 'ਚ ਪਿੰਡ ਸੀ ਉਹ ਮੇਰਾ ਅਤੇ ਗਿੱਪੀ ਬਾਈ ਦਾ ਇੱਕੋ ਸੀ ਅਤੇ ਮੰਮੀ ਨੇ ਤਾਂ ਨਹੀਂ ਡੈਡੀ ਨੇ ਜ਼ਰੂਰ ਇੱਕ ਵਾਰੀ ਕੁੱਟਿਆ ਸੀ ਮੈਂ ਭੱਜਿਆ ਸੀ ਪਿੰਡ ਬੜੀ ਹੈ ਨਾ ਬੜਾ ਭੱਜਿਆ ਮੈਂ ਉੱਤ ਉਦੋਂ ਅਤੇ ਡੈਡੀ ਨੇ ਗੰਨਾ ਸੀ ਸੁੱਕਾ ਜਿਹਾ ਉਹਦੇ ਨਾਲ ਬੜਾ ਕੁੱਟਿਆ ਸੀ ਹਾਂ ਬਿਲਕੁਲ ਯਾਰ ਮੇਰਾ ਨਾ ਪਿੰਡ ਬੜਾ ਘੈਂਟ ਆ ਬੜਾ ਚੰਗਾ ਪਿੰਡ ਆ ਮੇਰਾ ਪਿੰਡ ਜਾਣ ਨੂੰ ਬਹੁਤ ਜੀ ਕਰਦਾ ਹੁੰਦਾ ਅਤੇ ਮੈਂ ਜਿਹੜਾ ਵੀ ਡੈਡੀ ਤੋਂ ਕੰਮ ਕਰਾਉਣਾ ਹੁੰਦਾ ਸੀ ਤਾਂ ਮੰਮੀ ਹਮੇਸ਼ਾ ਮੈਨੂੰ ਕਹਿੰਦੇ ਸੀ ਮੈਂ ਕਹਿ ਦਿੰਦੀ ਹਾਂ ਤਾਂ ਮੈਨੂੰ ਮੇਰੀ ਮੰਮੀ ਦੀ ਇਹ ਬਹੁਤ ਵਧੀਆ ਲੱਗਦੀ ਹੈ ਗੱਲ ਸੋ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਮਾਂ ਫਿਲਮ ਖਾਸ ਕਿਰਦਾਰ ਨੇ ਉਸ ਮੂਵੀ ਦੇ ਵਿੱਚ ਅਤੇ ਬਹੁਤ ਸੋਹਣਾ ਕੰਸੈਪਟ ਵੀ ਹੈ ਸੋ ਅੱਜ ਟ੍ਰੇਲਰ ਵੀ ਦੇਖਿਆ ਅਤੇ ਤੁਸੀਂ ਟ੍ਰੇਲਰ ਆਲਵੇਜ਼ ਸੋਸ਼ਲ ਮੀਡੀਆ 'ਤੇ ਦੇਖ ਚੁੱਕੇ ਹਾਂ ਸੋ ਅੱਜ ਸਾਡੇ ਨਾਲ ਖਾਸ ਕਰੈਕਟਰ ਹੈ ਜਿਹੜਾ ਉਹਦੇ ਵਿੱਚ ਅਦਾਕਾਰ ਮੌਜੂਦ ਨੇ ਬਾਈ ਵੱਡਾ ਅਗਰਵਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਵੱਡੇ ਅਗਰੇਵਾਲ ਦਾ ਕਰੈਕਟਰ ਹੁੰਦਾ ਹਰ ਪਾਸੇ ਅਲੱਗ ਹੁੰਦਾ ਇਸ ਮੂਵੀ 'ਚ ਕਰੈਕਟਰ ਕਿੱਦਾਂ ਦਾ ਲਿਆ ਹੋਇਆ ਇਸ ਫਿਲਮ 'ਚ ਵੀ ਅਲੱਗ ਆ ਨੈਗੇਟਿਵ ਕਰੈਕਟਰ ਆ ਅਤੇ ਮੈਂ ਪਹਿਲੀ ਵਾਰੀ ਨੈਗੇਟਿਵ ਕਰੈਕਟਰ ਕਰ ਰਿਹਾ ਅਤੇ ਮੈਨੂੰ ਬੜਾ ਐਂ ਲੱਗਦਾ ਸੀ ਜੋ ਮੈਂ ਕਰਨਾ ਸੀ ਕਿ ਮੈਂ ਯਾਰ ਕਿੱਦਾਂ ਇਹਨੂੰ ਕਰੂੰਗਾ ਹੈ ਨਾ ਅਤੇ ਪਰ ਹਾਂ ਹੋ ਗਿਆ ਬਾਈ ਗਿੱਪੀ ਗਰੇਵਾਲ ਨਾਲ ਹਮੇਸ਼ਾ ਨਾ ਨਵੇਂ ਆਰਟਿਸਟ ਆਉਂਦੇ ਨੇ ਜਾਂ ਨਵੇਂ ਕਲਾਕਾਰ ਆਉਂਦੇ ਨੇ ਇੱਕ ਅਲੱਗ ਜਿਹਾ ਐਕਸਪੀਰੀਅੰਸ ਉਹ ਦੱਸਦੇ ਹੁੰਦੇ ਨੇ ਕਿਉਂਕਿ ਬਾਈ ਗਿੱਪੀ ਗਰੇਵਾਲ ਦਾ ਨੇਚਰ ਹੈ ਕਹਿੰਦੇ ਨੇ ਬਹੁਤ ਚੰਗਾ ਹੈ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਬਾਈ ਨਾਲ ਅਰੇ ਬਹੁਤ ਯਾਰ ਬਹੁਤ ਘੈਂਟ ਬੰਦਾ ਬਾਈ ਅਤੇ ਪਤਾ ਕੀ ਚੱਕਰ ਬਾਈ ਦਾ ਜਿਹੜਾ ਪ੍ਰੋਡਕਸ਼ਨ ਹਾਊਸ ਆ ਹੈ ਨਾ ਉਹ ਬਹੁਤ ਵੱਡਾ ਅਤੇ ਬਾਈ ਆਪ ਸਿੰਗਰ ਬੜਾ ਵੱਡਾ ਹੈ ਨਾ ਅਤੇ ਹੁਣ ਪ੍ਰੋਡਿਊਸਰ ਬੜਾ ਵੱਡਾ ਬਣ ਗਿਆ ਤਾਂ ਕਰਕੇ ਮੈਨੂੰ ਇਹ ਲੱਗਦਾ ਜਦੋਂ ਬੰਦਾ ਨਾ ਆਪਣੀ ਜ਼ਿੰਦਗੀ 'ਚ ਸਾਰਾ ਕੁਛ ਕਰ ਲੈਂਦਾ ਤਾਂ ਬੰਦਾ ਆਪਣੇ ਆਪ ਹੀ ਚੰਗਾ ਹੋ ਜਾਂਦਾ ਕਿ ਉਹਨੂੰ ਇਹ ਲੱਗਦਾ ਕਿ ਮੈਂ ਕਿਉਂ ਕਿਸੇ ਦਾ ਮਾੜਾ ਕਰਨਾ ਜਦੋਂ ਮੇਰੇ ਕੋਲ ਸਾਰਾ ਕੁਛ ਹੈ ਤਾਂ ਬਾਈ ਤਾਂ ਆਟੋਮੈਟਿਕਲੀ ਪਹਿਲਾਂ ਹੀ ਬਹੁਤ ਚੰਗਾ ਸੀ ਤਾਂ ਬਾਈ ਬਹੁਤ ਘੈਂਟ ਬੰਦਾ ਅਤੇ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦੱਸਦਾ ਕਿ ਜਿਹੜਾ ਪਾਕਿਸਤਾਨ 'ਚ ਪਿੰਡ ਸੀ ਉਹ ਮੇਰਾ ਅਤੇ ਗਿੱਪੀ ਬਾਈ ਦਾ ਇੱਕੋ ਸੀ ਅਤੇ ਜਦੋਂ ਪਾਕਿਸਤਾਨ ਸਾਡੇ ਬਜ਼ੁਰਗ ਛੱਡ ਕੇ ਆਏ ਨੇ ਤਾਂ ਮੇਰਾ ਅਤੇ ਗਿੱਪੀ ਬਾਈ ਦਾ ਇੱਕੋ ਪਿੰਡ ਸੀ ਉਹ ਇੱਕ ਦਿਨ ਬੈਠੇ ਬੈਠੇ ਸਾਡੀਆਂ ਗੱਲਾਂ ਹੋਈਆਂ ਅਤੇ ਬਾਈ ਕਹਿੰਦਾ ਵੀ ਤੁਹਾਡੇ ਪਿੰਡ ਸਾਡੀ ਰਿਸ਼ਤੇਦਾਰੀ ਆ ਕਿ ਆਪਣਾ ਇੱਕੋ ਪਿੰਡ ਸੀ ਤਾਂ ਉਹ ਜਿਹੜੇ ਦਾਦੇ ਪੜਦਾਦੇ ਸਾਡੇ ਪਹਿਲਾਂ ਰਿਸ਼ਤੇਦਾਰ ਸੀ ਤਾਂ ਬਾਈ ਕੂਮਕਲਾਂ ਰਹਿ ਕੇ ਸੀ ਅਤੇ ਅਸੀਂ ਲੁਧਿਆਣੇ ਦੇ ਕਿਸੇ ਪਿੰਡ 'ਚ ਰਹਿੰਦੇ ਸੀ ਅਤੇ ਉਦੋਂ ਬਾਅਦ ਅਸੀਂ ਆ ਕੇ ਸੰਗਰੂਰ 'ਚ ਉਹ ਹੋ ਗਏ ਸੀ ਸ਼ਿਫਟ ਹੋ ਗਏ ਸੀ ਹਾਂ ਅਤੇ ਮੰਮੀ ਨੇ ਤਾਂ ਨਹੀਂ ਡੈਡੀ ਨੇ ਜ਼ਰੂਰ ਇੱਕ ਵਾਰੀ ਕੁੱਟਿਆ ਸੀ ਮੈਂ ਭੱਜਿਆ ਸੀ ਪਿੰਡ ਬੜੀ ਹੈ ਨਾ ਬੜਾ ਭੱਜਿਆ ਮੈਂ ਉੱਤ ਉਦੋਂ ਅਤੇ ਡੈਡੀ ਨੇ ਗੰਨਾ ਸੀ ਸੁੱਕਾ ਜਿਹਾ ਉਹਦੇ ਨਾਲ ਬੜਾ ਕੁੱਟਿਆ ਸੀ ਅਤੇ ਮੰਮੀ ਨੇ ਘਰੇ ਬੜਾ ਕੁੱਟਿਆ 4th-5th ਤੱਕ ਬਾਕੀ ਹੁਣ ਕੰਮੂ ਮਾਜਰਾ ਤੋਂ ਚੰਡੀਗੜ੍ਹ ਰਹਿੰਦੇ ਹਾਂ ਫਿਰ ਕਿੰਨਾ ਕੁ ਟਾਈਮ ਬਾਅਦ ਪਿੰਡ ਜਾਂਦੇ ਮੰਮੀ ਬੋਲਦੀ ਨਹੀਂ ਕਿ ਵੱਡੇ ਇੰਨਾ ਟਾਈਮ ਲਾਤਾ ਜਾਂ ਕਾਫੀ ਟਾਈਮ ਜ਼ਿਆਦਾ ਚੰਡੀਗੜ੍ਹ ਤੋਂ ਮੁੜਦੇ ਹਾਂ ਕਿ ਮੰਮੀ ਬੋਲਦੀ ਹੈ ਕਿ ਯਾਦਾਂ ਜੁੜਦੀਆਂ ਨਾਲ ਹਾਂ ਬਿਲਕੁਲ ਯਾਰ ਮੇਰਾ ਨਾ ਪਿੰਡ ਬੜਾ ਘੈਂਟ ਆ ਬੜਾ ਚੰਗਾ ਪਿੰਡ ਆ ਮੇਰਾ ਪਿੰਡ ਜਾਣ ਨੂੰ ਬਹੁਤ ਜੀ ਕਰਦਾ ਹੁੰਦਾ ਅਤੇ ਹੁਣ ਮੈਨੂੰ ਬੜਾ ਟਾਈਮ ਹੋ ਗਿਆ ਪਿੰਡ ਗਏ ਨੂੰ ਹੈ ਨਾ ਅਤੇ ਜਨਵਰੀ ਬੜਾ ਸਹੀ ਗੱਲ ਹੈ ਬੜਾ ਟਾਈਮ ਹੋ ਗਿਆ ਫਰਵਰੀ ਮਾਰਚ ਅਪ੍ਰੈਲ 3 ਮਹੀਨੇ ਹੋ ਗਏ ਪਿੰਡ ਗਏ ਨੂੰ ਅਤੇ ਹੁਣ ਮੈਂ ਪਿੰਡ ਜਾਣਾ ਥੋੜ੍ਹੇ ਦਿਨਾਂ ਤੱਕ ਅਤੇ ਮੈਨੂੰ ਬੜਾ ਵਧੀਆ ਲੱਗਦਾ ਮੇਰੇ ਪਿੰਡ ਦੇ ਦੋਸਤ ਨੇ ਜਿਹੜੇ ਉਹ ਮੈਨੂੰ ਬਹੁਤ ਘੈਂਟ ਲੱਗਦੇ ਆ ਹੈ ਨਾ ਜਿੰਨੇ ਵੀ ਗੋਪੀ ਅਵਤਾਰਾ ਜੱਗੀ ਜਿੰਨੇ ਵੀ ਬੰਦੇ ਨੇ ਤਾਂ ਮੈਨੂੰ ਉੱਥੇ ਜਾ ਕੇ ਮੈਨੂੰ ਇਹ ਲੱਗਦਾ ਕਿ ਬਹੁਤ ਘੈਂਟ ਹੈ ਨਾ ਕਿਉਂਕਿ ਉਹ ਤੁਹਾਨੂੰ ਹਰ ਇੱਕ ਚੀਜ਼ ਸੱਚੀ ਦੱਸਦੇ ਆ ਜਿਹੜੇ ਤੁਹਾਡੇ ਸਿੰਗਿੰਗ ਤੋਂ ਬਾਅਦ ਦੋਸਤ ਬਣਦੇ ਨੇ ਉਹ ਤੁਹਾਨੂੰ ਐ ਨਹੀਂ ਹੈਗਾ ਕਿ ਉਹ ਤੁਹਾਨੂੰ ਸੱਚ ਦੱਸਣਗੇ ਉਹ ਕਹਿੰਦੇ ਨੇ ਕਿ ਤੇਰਾ ਗਾਣਾ ਫੁੱਦੂਗਾ ਓਏ ਹੈ ਨਾ ਤੇਰਾ ਗਾਣਾ ਆਇਆ ਹੈ ਨਾ ਉਹ ਨਵੇਂ ਬੰਦੇ ਇੰਨੇ ਮਿਲਦੇ ਆ ਜਿਹੜੇ ਤੁਹਾਨੂੰ ਉਹ ਨਹੀਂ ਦੱਸਦੇ ਤਾਂ ਕਰਕੇ ਮੈਨੂੰ ਪਿੰਡ ਵਾਲੇ ਦੋਸਤ ਮੇਰੇ ਭਰਾ ਬਹੁਤ ਵਧੀਆ ਲੱਗਦੇ ਆ ਫਿਲਮ ਦੇ ਵਿੱਚ ਨੈਗੇਟਿਵ ਕਰਦਾ ਰਿਹਾ ਪਰ ਮਾਂ ਹੈ ਜਿਹੜਾ ਉਹ ਇੱਕ ਅਹਿਮ ਵਰਡ ਹੈ ਇੱਕ ਅਹਿਮ ਰੱਬ ਕਹਿੰਦੇ ਆਪਾਂ ਮਾਂ ਨੂੰ ਹੁਣ ਤਾਂ ਕਿਤੇ ਨਾ ਕਿਤੇ ਮਾਂ ਦੀਆਂ ਕਈਆਂ ਹੋਈਆਂ ਗੱਲਾਂ ਬਹੁਤ ਸਾਰੀਆਂ ਚੇਤੇ ਆਉਂਦੀਆਂ ਬਹੁਤ ਸਾਰੀਆਂ ਯਾਦਾਂ ਜੁੜਦੀਆਂ ਨੇ ਹੈ ਨਾ ਤਾਂ ਐਸੀ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਆਪਣੀ ਮਾਂ ਦੀ ਚੰਗੀ ਲੱਗਦੀ ਹੈ ਅਤੇ ਹਮੇਸ਼ਾ ਯਾਦ ਵੀ ਰੱਖਦੇ ਹੋ ਮੰਮੀ ਦੀ ਮੈਨੂੰ ਇਹ ਗੱਲ ਬੜੀ ਚੰਗੀ ਲੱਗਦੀ ਆ ਉਹ ਮੈਂ ਜੋ ਵੀ ਚੀਜ਼ ਉਹਨਾਂ ਨੂੰ ਕਹੀ ਆ ਅੱਜ ਤੱਕ ਮੇਰੀ ਪੂਰੀ ਹੋਈ ਆ ਅਤੇ ਮੈਂ ਜਿਹੜਾ ਵੀ ਡੈਡੀ ਤੋਂ ਕੰਮ ਕਰਾਉਣਾ ਹੁੰਦਾ ਸੀ ਤਾਂ ਮੰਮੀ ਹਮੇਸ਼ਾ ਮੈਨੂੰ ਕਹਿੰਦੇ ਸੀ ਮੈਂ ਕਹਿ ਦਿੰਦੀ ਹਾਂ ਤਾਂ ਮੈਨੂੰ ਮੇਰੀ ਮੰਮੀ ਦੀ ਇਹ ਬਹੁਤ ਵਧੀਆ ਲੱਗਦੀ ਹੈ ਗੱਲ ਮੂਵੀ ਦੇ ਲਈ ਕੀ ਕਹਿਣਾ ਚਾਹੋਗੇ ਜਿਹੜੇ ਵੀਵਰਸ ਇਸ ਸਮੇਂ ਦੇਖ ਰਹੇ ਨੇ ਮੂਵੀ ਮੇਰਾ ਵੀਰ ਜ਼ਰੂਰ ਦੇਖ ਕੇ ਆਓ ਜੇ ਤੁਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਹੋ ਅਤੇ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਜਾ ਕੇ ਆਪਣੀ ਮੰਮਾ ਨੂੰ ਜੱਫੀ ਪਾਓਗੇ ਅਤੇ ਹੋਰ ਵੀ ਇੱਜ਼ਤ ਮੰਮੀ ਲਈ ਤੁਹਾਡੀ ਵੱਧ ਜਾਣੀ ਆ ਅਤੇ ਥੈਂਕ ਯੂ ਸੋ ਮੱਚ ਥੈਂਕ ਯੂ ਵੱਡੀ ਬਾਈ ਥੈਂਕ ਯੂ ਬਹੁਤ ਵਧੀਆ ਸੋ ਇਸ ਕੀ ਵੱਡੇ ਅਗਰਵਾਲ ਜਿਨ੍ਹਾਂ ਨੇ ਆਪਾਂ ਫਿਲਮ ਦੇ ਰਿਲੇਟਿਡ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਹੋਰ ਵੀ ਬਹੁਤ ਸਾਰੀਆਂ ਅਪਡੇਟ ਇੱਦਾਂ ਦਿੰਦੇ ਰਹਾਂਗੇ ਮੈਂ ਜਸਪ੍ਰੀਤ ਕੈਮਰਾਮੈਨ ਮੇਸ਼ੂ ਦੇ ਨਾਲ ਦੇਖਦੇ ਰਹੋ ਦਸ ਟੋਈ ਟੀਵੀ